ਸਸਤੇ ਕਾਲਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਦੇ ਉੱਤੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਵਾਸਤੇ ਅੱਗੇ ਮੈਂ ਤੁਹਾਨੂੰ ਕਦੀ ਨਹੀਂ ਕਹਿੰਦੀ ਇਸ ਵੀਡੀਓ ਨੂੰ ਸ਼ੇਅਰ ਕਰੋ ਪਰ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਵੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਕਰੋਨਾ ਵਾਇਰਸ ਜਿਹੜਾ ਉਹ ਪੰਜਾਬ ਦੇ ਵਿੱਚ ਵੀ ਆ ਚੁੱਕਾ ਹੈ ਉਹਨੂੰ ਲੈ ਕੇ ਔਰ ਐਜੂਕੇਸ਼ਨ ਨਾਲ ਰਿਲੇਟਡ ਕੁਝ ਫੈਸਲੇ ਲੀਤੇ ਗਏ ਨੇ ਪੰਜਾਬ ਗਵਰਨਮੈਂਟ ਦੇ ਵੱਲੋਂ ਹੁਣੀ-ਹੁਣੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਹੈ ਤਾਂ ਤੁਹਾਨੂੰ ਫਰੀ ਵਿੱਚ ਨੋਟੀਫਿ ਨਹੀਂ ਕਰ ਰਹੇ ਆ ਤੁਹਾਨੂੰ ਮੈਂ ਦੱਸਣਾ ਚਾਹਾਂਗੀ ਕਿ ਸਵੇਰੇ ਜਿਹੜਾ ਚੰਡੀਗੜ੍ਹ ਦੇ ਵਿੱਚ ਇੱਕ ਫੈਮਿਲੀ ਦਾ ਇੱਕ ਕੇਸ ਆਇਆ ਸੀਗਾ ਜਿਹੜਾ ਕਿ ਪੋਜ਼ੀਟਿਵ ਸੀਗਾ ਫਿਰ ਉਸੇ ਫੈਮਿਲੀ ਦੇ ਚਾਰ ਮੈਂਬਰ ਵੀ ਨਾਲ ਜੁੜ ਗਏ ਯਾਨੀ ਕਿ ਪੰਜੇ ਮੈਂਬਰ ਜਿਹੜੇ ਆ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ ਤੇ ਹੁਣੇ-ਹੁਣੇ 10 ਮਿੰਟ ਪਹਿਲਾਂ ਇਹ ਨਿਊਜ਼ ਆ ਚੁੱਕੀ ਹੈ ਕਿ ਨਵਾਂ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਪਹਿਲੀ ਮੌਤ ਜਿਹੜੀ ਹੋ ਚੁੱਕੀ ਹੈ ਕਰੋਨਾ ਵਾਇਰਸ ਇਹ ਕਰਕੇ ਤੇ ਉਹਦੇ ਲਈ ਬਚਣ ਵਾਸਤੇ ਕੁਝ ਫੈਸਲੇ ਪੰਜਾਬ ਗਵਰਨਮੈਂਟ ਦੇ ਵੱਲੋਂ ਲਿੱਤੇ ਗਏ ਆ ਕਿਹੜੇ ਕਿਹੜੇ ਫੈਸਲੇ ਆ ਮੈਂ ਤੁਹਾਨੂੰ ਦੱਸਾਂਗੀ ਦੇਖੋ ਤੁਸੀਂ ਦੇਖ ਸਕਦੇ ਆ ਪੈਪਸੂਰੋ ਟ੍ਰਾਂਸਪੋਰਟ ਕਾਰਪੋਰੇਸ਼ਨ ਨੂੰ ਵੀ ਲੈਟਰ ਲਿਖਿਆ ਗਿਆ ਹੈ ਇਹ ਕਿਸੇ ਰਿਗਾਰਡਿੰਗ ਹੈ ਤੁਸੀਂ ਖੁਦ ਹੀ ਸਮਝ ਸਕਦੇ ਹੋ ਬੱਸਾਂ ਨੂੰ 20 ਮਾਰਚ 2020 ਨੂੰ ਰਾਤ 12:00 ਵਜੇ ਤੋਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨੂੰ ਬੰਦ ਕਰਨ ਦੇ ਜਿਹੜੇ ਹੁਕਮ ਦਿੱਤੇ ਗਏ ਆ ਉਸ ਤੋਂ ਇਲਾਵਾ ਅਖਬਾਰਾਂ ਅਤੇ ਟੈਲੀਵਿਜ਼ਨ ਰਾਹੀਂ ਆਮ ਪਬਲਿਕ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਇਸ ਲਈ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਜਾਰੀ ਕੀਤੇ ਹੁਕਮਾਂ ਅਨੁਸਾਰ ਬੱਸਾਂ ਨੂੰ 20 ਮਾਰਚ 2020 ਨੂੰ ਰਾਤ 12 ਵਜੇ ਤੋਂ ਬਾਅਦ ਅਗਲੇ ਹੁਕਮਾਂ ਤੱਕ ਬੰਦ ਕੀਤਾ ਜਾਵੇ ਤੇ ਇਹਨਾਂ ਬੱਸਾਂ ਨੂੰ ਸੈਨੀਟਾਈਜ਼ ਕਰਨ ਉਪਰੰਤ ਸੁਰੱਖਿਅਤ ਸਥਾਨ ਤੇ ਖੜਾ ਕਰ ਦਿੱਤਾ ਜਾਵੇ ਤੇ ਇੱਕ ਹੋਰ ਅਪਡੇਟ ਆਇਆ ਕਿ 10ਵੀਂ 12ਵੀਂ ਦੇ ਜਿਹੜੇ ਕੁਝ ਐਗਜ਼ਾਮ ਨੇ ਉਹ ਵੀ ਪੋਸਟਪੋਨ ਕੀਤੇ ਜਾ ਰਹੇ ਨੇ ਬਾਕੀ ਜਿਹੜੇ ਤੁਹਾਨੂੰ ਪਤਾ ਦੋ ਤਿੰਨ ਟਾਈਪਿੰਗ ਟੈਸਟ ਹੋਣੇ ਸੀਗੇ ਡਿਪਾਰਟਮੈਂਟ ਉਹ ਵੀ ਕੈਨਸਲ ਹੋ ਚੁੱਕਿਆ ਤੇ ਹੁਣ ਇਹਨਾਂ ਨੇ ਹਾਈ ਅਲਰਟ ਹੀ ਜਾਰੀ ਕਰ ਦਿੱਤਾ ਹੈ ਇਵਨ ਮੈਂ ਚੰਡੀਗੜ੍ਹ ਵਿੱਚ ਐ ਚੰਡੀਗੜ੍ਹ ਦੇ ਵਿੱਚ ਤਾਂ ਕਈ-ਕਈ ਜਗ੍ਹਾ ਤੇ ਲੋਕੀ ਸਾਮਾਨ ਇਕੱਠਾ ਸਟੋਰ ਕਰਕੇ ਰੱਖ ਰਿਹਾ 15-15 ਦਿਨਾਂ ਦਾ ਲੇਕਿਨ ਦੁਕਾਨਾਂ ਦੇ ਸ਼ਟਰ ਹੀ ਬੰਦ ਕੀਤੇ ਜਾ ਰਹੇ ਨੇ ਬਿਕਾਜ਼ ਹੁਣ ਸਾਰੇ ਬਚਣਾ ਚਾਹੁੰਦੇ ਨੇ ਕਿਉਂਕਿ ਹੈ ਤਾਂ ਮਾੜੀ ਗੱਲ ਹੈ ਕਿ ਚੰਡੀਗੜ੍ਹ ਦੇ ਵਿੱਚ ਇੱਕ ਫੈਮਿਲੀ ਦੇ ਪੰਜ ਮੈਂਬਰ ਪੋਜ਼ਿਟਿਵ ਵੀ ਪਾਏ ਗਏ ਆ ਬਿਕਾਜ਼ ਉਹ ਪੰਜ ਮੈਂਬਰ ਜਿਨ੍ਹਾਂ ਜਿਨ੍ਹਾਂ ਨੂੰ ਅੱਗੇ ਮਿਲਣ ਮਿਲੇ ਹੋਣਗੇ ਤਾਂ ਉਸ ਕਰਕੇ ਜਿਹੜਾ ਬਹੁਤ ਜ਼ਿਆਦਾ ਖਤਰਾ ਆ ਵੀਡੀਓ ਨੂੰ ਵੱਧ ਕੇ ਦੱਬ ਕੇ ਸ਼ੇਅਰ ਕਰ ਦਿਵੋ ਤਾਕੀ ਸਾਰਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੋ ਪਾਵੇ ਤਾਂ ਜਲਦੀ ਮਿਲਾਂਗੇ ਨੈਕਸਟ ਇਨਫੋਰਮੇਸ਼ਨ ਦੇ ਨਾਲ ਦਬਕੇ ਸ਼ੇਅਰ ਕਰੋ ਧੰਨਵਾਦ